ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੌਰਨ ਦੀ ਚਾਟ ਬਣਾਵਾਂਗੇ। ਚਲੋ ਜੀ ਵੇਖ ਲੈਣਾ ਇਹ ਕੌਰਨ ਚਾਟ ਕਿਵੇਂ ਬਣਦੀ ਹੈ। ਇਸਦੇ ਲਈ ਪਹਿਲਾਂ ਆਪਾਂ ਛੱਲੀਆਂ ਕੌਰਨ ਨੂੰ ਬੋਇਲ ਕਰ ਲਵਾਂਗੇ। ਪੈਨ ਦੇ ਵਿੱਚ ਪਾਣੀ ਲਵਾਂਗੇ। ਜਿੰਨੇ ਕੁ ਪਾਣੀ ਦੇ ਵਿੱਚ ਕੌਰਨ ਚੰਗੀ ਤਰ੍ਹਾਂ ਬੋਇਲ ਹੋ ਜਾਵੇ ਉਹਨਾਂ ਕੁ ਪਾਣੀ ਲੈ ਲਵਾਂਗੇ। ਫਿਰ ਇਸ ਦੇ ਵਿੱਚ ਕੌਰਨ ਪਾਵਾਂਗੇ ਅਤੇ ਇਸਨੂੰ ਬੋਇਲ ਕਰ ਲਵਾਂਗੇ। ਥੋੜ੍ਹੀ ਦੇਰ ਦੇ ਲਈ ਢੱਕ ਕੇ ਆਪਾਂ ਕੌਰਨ ਨੂੰ ਬੋਇਲ ਕਰ ਲਵਾਂਗੇ। ਹੁਣ ਆਪਾਂ ਵੇਖ ਲੈਂਦੇ ਹਾਂ ਕਿ ਕੌਰਨ ਬੋਇਲ ਹੋ ਚੁੱਕੀ ਹੈ ਜਾਂ ਨਹੀਂ। ਕੌਰਨ ਚੰਗੀ ਤਰ੍ਹਾਂ ਬੋਇਲ ਹੋ ਚੁੱਕੀ ਹੈ। ਇਸਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ। ਇਸਨੂੰ ਥੋੜ੍ਹਾ ਠੰਡਾ ਕਰਕੇ ਆਪਾਂ ਕੌਰਨ ਦੇ ਦਾਣੇ ਕੱਢ ਲਵਾਂਗੇ। ਚਾਕੂ ਨਾਲ ਆਪਾਂ ਇਸ ਤਰ੍ਹਾਂ ਇਸਦੇ ਦਾਣਿਆਂ ਨੂੰ ਵੱਖ ਕਰ ਲਵਾਂਗੇ ਅਤੇ ਆਸਾਨੀ ਦੇ ਨਾਲ ਵੱਖ ਹੋ ਜਾਣਗੇ। ਇਹ ਬਹੁਤ ਛੋਟੀ ਜਿਹੀ ਵੀਡੀਓ ਹੈ, ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ, ਬਿਲਕੁਲ ਸਕਿੱਪ ਨਾ ਕਰਿਓ ਜੀ ਵੀਡੀਓ ਨੂੰ। ਇਸ ਤਰ੍ਹਾਂ ਆਪਾਂ ਚਾਕੂ ਦੇ ਨਾਲ ਸਾਰੇ ਕੌਰਨ ਦੇ ਦਾਣਿਆਂ ਨੂੰ ਵੱਖ ਕਰ ਲਵਾਂਗੇ ਅਤੇ ਬਹੁਤ ਜਲਦੀ ਵੱਖ ਹੋ ਜਾਣਗੇ। ਅੱਜ ਆਪਾਂ ਕੌਰਨ ਦੀ ਬਹੁਤ ਟੇਸਟੀ ਚਾਟ ਬਣਾਵਾਂਗੇ। ਆਪਾਂ ਇਸ ਤਰੀਕੇ ਨਾਲ ਵੀ ਕੌਰਨ ਦੇ ਦਾਣਿਆਂ ਨੂੰ ਅਲੱਗ ਕਰ ਸਕਦੇ ਹਾਂ। ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ, ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ। ਜਦੋਂ ਵੀ ਆਪਣੇ ਘਰ ਵਿੱਚ ਕੌਰਨ ਜਾਂ ਛੱਲੀ ਆਵੇ ਤਾਂ ਆਪਾਂ ਉਸਦੀ ਰੈਸਪੀ ਬਣਾ ਸਕਦੇ ਹਾਂ। ਇਹ ਚਾਟ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਇਸ ਤਰੀਕੇ ਨਾਲ ਆਪਾਂ ਇਸਦੇ ਦਾਣਿਆਂ ਨੂੰ ਵੱਖ ਕਰ ਲਵਾਂਗੇ। ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜਾ ਕੇ ਔਲ ਕਰ ਦਿਓ ਜੀ। ਹੁਣ ਆਪਾਂ ਇਸ ਦੇ ਸਾਰੇ ਦਾਣਿਆਂ ਨੂੰ ਅਲੱਗ ਕਰ ਲਵਾਂਗੇ। ਹੁਣ ਆਪਾਂ ਕੌਰਨ ਨੂੰ ਇਸ ਤਰ੍ਹਾਂ ਵੱਖ ਕਰ ਲਿਆ ਹੈ। ਹੱਥ ਨਾਲ ਆਪਾਂ ਇਸ ਨੂੰ ਮਿਕਸ ਕਰ ਲਵਾਂਗੇ। ਹੁਣ ਆਪਾਂ ਇਸ ਦੀ ਚਾਟ ਬਣਾਵਾਂਗੇ। ਉਸਦੇ ਲਈ ਇੱਥੇ ਮੈਂ ਇੱਕ ਖੀਰਾ ਲਿਆ ਹੈ, ਇਸਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ। ਹੁਣ ਆਪਾਂ ਖੀਰੇ ਨੂੰ ਛਿੱਲ ਲਵਾਂਗੇ। ਆਪਾਂ ਇਸ ਦੀ ਜਗ੍ਹਾ ਦੂਸਰਾ ਖੀਰਾ ਵੀ ਲੈ ਸਕਦੇ ਹਾਂ। ਖੀਰੇ ਨੂੰ ਛਿੱਲ ਕੇ ਆਪਾਂ ਥੋੜ੍ਹਾ ਜਿਹਾ ਕੱਟ ਕੇ ਇਸ ਤਰ੍ਹਾਂ ਇਸਦੇ ਉੱਪਰ ਰਗੜ ਲਵਾਂਗੇ।
ਤਾਂ ਕਿ ਇਸਦੇ ਵਿੱਚ ਕੜੱਤਣ ਨਾ ਰਹੇ। ਵੈਸੇ ਤਾਂ ਇਹ ਖੀਰੇ ਕੌੜੇ ਨਹੀਂ ਹੁੰਦੇ, ਪਰ ਆਪਾਂ ਇਸ ਨੂੰ ਇਸ ਤਰੀਕੇ ਨਾਲ ਥੋੜ੍ਹਾ ਜਿਹਾ ਰਗੜ ਲਵਾਂਗੇ ਤਾਂ ਕਿ ਇਹ ਕੌੜੇ ਨਾ ਰਹਿਣ। ਖੀਰੇ ਨੂੰ ਚੰਗੀ ਤਰ੍ਹਾਂ ਛਿੱਲ ਲਵਾਂਗੇ। ਹੁਣ ਆਪਾਂ ਖੀਰੇ ਨੂੰ ਛਿੱਲ ਲਿਆ ਹੈ ਅਤੇ ਇੱਕ ਹਰੀ ਮਿਰਚ ਲਈ ਹੈ। ਜਿੰਨਾ ਕੁ ਆਪਾਂ ਤਿੱਖਾ ਖਾਣਾ ਪਸੰਦ ਕਰਦੇ ਹਾਂ ਉਸ ਹਿਸਾਬ ਨਾਲ ਹਰੀਆਂ ਮਿਰਚਾਂ ਐਡ ਕਰਾਂਗੇ। ਅੱਧਾ ਨਿੰਬੂ ਲਵਾਂਗੇ, ਥੋੜ੍ਹੇ ਜਿਹੇ ਪਿਆਜ਼ ਲਵਾਂਗੇ ਕੱਟੇ ਹੋਏ, ਇੱਕ ਟਮਾਟਰ ਲਵਾਂਗੇ, ਅੱਧਾ ਉਬਲਿਆ ਹੋਇਆ ਆਲੂ ਲਵਾਂਗੇ, ਉਬਲੇ ਹੋਏ ਆਲੂ ਨੂੰ ਛਿੱਲ ਲਵਾਂਗੇ। ਇਸ ਦੀ ਚਾਟ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਹੁਣ ਆਪਾਂ ਚਾਟ ਬਣਾਵਾਂਗੇ। ਉਸਦੇ ਲਈ ਕੌਰਨ ਦੇ ਦਾਣਿਆਂ ਦੇ ਵਿੱਚ ਆਪਾਂ ਉਬਲੇ ਹੋਏ ਆਲੂ ਨੂੰ ਕੱਟ ਲਵਾਂਗੇ। ਆਲੂਆਂ ਨੂੰ ਆਪਾਂ ਮੋਟਾ ਮੋਟਾ ਕੱਟਾਂਗੇ ਤਾਂ ਕਿ ਇਹ ਕੌਰਨ ਦੇ ਵਿੱਚ ਘੁਲੇ ਨਾ। ਖੀਰੇ ਨੂੰ ਵੀ ਆਪਾਂ ਕੱਟ ਲਵਾਂਗੇ। ਇਹ ਸਭ ਨੂੰ ਆਪਾਂ ਆਪਣੀ ਮਨਪਸੰਦ ਅਨੁਸਾਰ ਖੀਰੇ ਅਤੇ ਟਮਾਟਰ ਨੂੰ ਜਿੰਨਾ ਕੁ ਮੋਟਾ ਜਾਂ ਬਰੀਕ ਕੱਟਣਾ ਹੋਏਗਾ ਉਨਾ ਕੁ ਮੋਟਾ ਜਾਂ ਬਰੀਕ ਕੱਟ ਲਵਾਂਗੇ। ਖੀਰੇ ਨੂੰ ਆਪਾਂ ਥੋੜ੍ਹਾ ਜਿਹਾ ਮੋਟਾ ਕੱਟ ਕਰਾਂਗੇ, ਪਿਆਜ਼ ਨੂੰ ਥੋੜ੍ਹਾ ਜਿਹਾ ਬਰੀਕ ਕਰਾਂਗੇ। ਇਸ ਦੇ ਨਾਲ ਇਹ ਵਧੀਆ ਵੀ ਲੱਗੇਗਾ। ਪਿਆਜ਼ ਨੂੰ ਮੈਂ ਕੱਟ ਕਰਕੇ ਰੱਖਿਆ ਸੀ, ਇਹਨਾਂ ਨੂੰ ਵੀ ਇਸ ਵਿੱਚ ਐਡ ਕਰ ਦੇਵਾਂਗੇ। ਹਰੀਆਂ ਮਿਰਚਾਂ ਨੂੰ ਬਰੀਕ ਬਰੀਕ ਕੱਟ ਲਵਾਂਗੇ। ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਹੁਣ ਆਪਾਂ ਇਸਦੇ ਵਿੱਚ ਟਮਾਟਰ ਨੂੰ ਵੀ ਕੱਟ ਲਵਾਂਗੇ। ਟਮਾਟਰ ਦੇ ਇਸ ਸਖਤ ਜਿਹੇ ਹਿੱਸੇ ਨੂੰ ਆਪਾਂ ਕੱਢ ਦੇਵਾਂਗੇ। ਟਮਾਟਰ ਨੂੰ ਵੀ ਆਪਾਂ ਇਸ ਤਰ੍ਹਾਂ ਕੱਟ ਲਵਾਂਗੇ। ਇਹ ਕਲਰਫੁੱਲ ਜਿਹੀ ਚਾਟ ਬਹੁਤ ਟੇਸਟੀ ਬਣਦੀ ਹੈ। ਸਾਰੇ ਟਮਾਟਰ ਨੂੰ ਇਸ ਤਰ੍ਹਾਂ ਕੱਟ ਲਵਾਂਗੇ। ਇਹ ਸਾਰੇ ਸਲਾਦ ਨੂੰ ਇਸ ਦੇ ਵਿੱਚ ਮਿਕਸ ਕਰ ਲਵਾਂਗੇ। ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵਾਂਗੇ। ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ 'ਤੇ ਕਈ ਹੋਰ ਸਵੀਟ ਰੈਸਪੀ, ਚਾਟ ਦੀਆਂ ਰੈਸਪੀ ਅਤੇ ਕਈ ਹੋਰ ਰੈਸਪੀ ਵੀਡੀਓ ਸ਼ੇਅਰ ਕੀਤੀਆਂ ਨੇ, ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ। ਹੁਣ ਕੁਛ ਮਸਾਲੇ ਐਡ ਕਰਾਂਗੇ।
ਨਮਕ ਐਡ ਕਰਾਂਗੇ, ਸਵਾਦ ਅਨੁਸਾਰ ਨਮਕ ਪਾਵਾਂਗੇ, ਇੱਕ ਛੋਟਾ ਚਮਚ ਰੈੱਡ ਚਿੱਲੀ ਪਾਊਡਰ ਪਾਵਾਂਗੇ, ਆਪਾਂ ਗ੍ਰੀਨ ਚਿੱਲੀ ਵੀ ਪਾਈ ਹੈ ਇਸ ਦੇ ਵਿੱਚ। ਇੱਕ ਛੋਟਾ ਚਮਚ ਅਮਚੂਰ ਪਾਊਡਰ ਪਾਵਾਂਗੇ, ਇੱਕ ਛੋਟਾ ਚਮਚ ਗਰਮ ਮਸਾਲਾ ਪਾਵਾਂਗੇ, ਇੱਕ ਛੋਟਾ ਚਮਚ ਚਾਟ ਮਸਾਲਾ ਪਾਵਾਂਗੇ ਚਟਪਟੇ ਟੇਸਟ ਦੇ ਲਈ, ਅੱਧਾ ਛੋਟਾ ਚਮਚ ਭੁੰਨਿਆ ਹੋਇਆ ਜੀਰਾ ਪਾਊਡਰ, ਥੋੜ੍ਹਾ ਜਿਹਾ ਬਲੈਕ ਸਾਲਟ ਪਾਵਾਂਗੇ, ਇਹ ਚਾਟ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਰੈਸਪੀ ਚੰਗੀ ਲੱਗੀ ਤਾਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ। ਹੁਣ ਇਸ ਦੇ ਉੱਪਰ ਥੋੜ੍ਹੇ ਜਿਹੇ ਪੁਦੀਨੇ ਦੇ ਪੱਤੇ ਪਾਵਾਂਗੇ, ਫਰੈਸ਼ ਪੁਦੀਨੇ ਦੇ ਪੱਤੇ ਪਾਵਾਂਗੇ ਕੱਟ ਕੇ, ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵਾਂਗੇ। ਪੁਦੀਨੇ ਦੇ ਪੱਤੇ ਨਾ ਪਾਉਣੇ ਹੋਣ ਤਾਂ ਆਪਾਂ ਇਸ ਦੀ ਜਗ੍ਹਾ ਹਰਾ ਧਨੀਆ ਵੀ ਪਾ ਸਕਦੇ ਹਾਂ। ਸਵੀਟ ਕੌਰਨ ਵਾਲੀ ਚਾਟ ਤਾਂ ਤੁਸੀਂ ਕਈ ਵਾਰ ਖਾਧੀ ਹੋਏਗੀ, ਪਰ ਇੱਕ ਵਾਰ ਛੱਲੀ ਜਾਂ ਕੌਰਨ ਵਾਲੀ ਚਾਟ ਖਾ ਕੇ ਦੇਖਿਓ ਜੀ, ਉਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਮਸਾਲਿਆਂ ਨੂੰ ਕੌਰਨ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਹੁਣ ਇਸ ਉੱਪਰ ਥੋੜ੍ਹੀ ਜਿਹੀ ਟੋਮੈਟੋ ਸੌਸ ਪਾਵਾਂਗੇ, ਸੌਸ ਨੂੰ ਚਮਚ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚਾਟ ਦੇ ਵਿੱਚ। ਇਹ ਚਟਪਟੀ ਜਿਹੀ ਕੌਰਨ ਚਾਟ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਅਤੇ ਬਹੁਤ ਘੱਟ ਸਮੇਂ ਦੇ ਵਿੱਚ ਬਣ ਵੀ ਜਾਂਦੀ ਹੈ। ਜੇਕਰ ਤੁਹਾਨੂੰ ਇਹ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜਾ ਕੇ ਆਲ ਕਰ ਦਿਓ ਜੀ, ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਹੁਣ ਚਾਟ ਉੱਪਰ ਆਪਾਂ ਨਿੰਬੂ ਨਿਚੋੜਾਂਗੇ, ਨਿੰਬੂ ਦੇ ਬੀਜ ਕੱਢ ਕੇ ਨਿੰਬੂ ਨਿਚੋੜ ਲਵਾਂਗੇ ਚਾਟ ਉੱਪਰ। ਇਹ ਚਟਪਟੀ ਜਿਹੀ ਚਾਟ ਸਭ ਨੂੰ ਬਹੁਤ ਪਸੰਦ ਆਏਗੀ। ਐਡ ਕੀਤੇ ਹੋਏ ਨਿੰਬੂ ਦੇ ਰਸ ਨੂੰ ਮਿਕਸ ਕਰ ਲਵਾਂਗੇ।
ਟੇਸਟੀ ਕੌਰਨ ਚਾਟ ਬਣ ਕੇ ਤਿਆਰ ਹੈ। ਨਿੰਬੂ ਦੀ ਸਲਾਈਸ ਲਗਾ ਕੇ ਇਸ ਨੂੰ ਸਰਵ ਕਰ ਲਵਾਂਗੇ। ਟੇਸਟੀ ਕੌਰਨ ਚਾਟ ਬਣ ਕੇ ਤਿਆਰ ਹੈ। ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਅਸੀਂ ਰੋਜ਼ ਆਪਣੇ ਚੈਨਲ 'ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ। ਇਸ ਤਰੀਕੇ ਦੀਆਂ ਹੋਰ ਰੈਸਪੀ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਤੋਂ ਪੂਰਾ ਦੇਖਣ ਦੇ ਲਈ ਧੰਨਵਾਦ।